ਹੈਲੋ ਦੋਸਤੋ, ਸਾਡੇ ਚੈਨਲ ਤੁਹਾਡਾ ਸਵਾਗਤ ਹੈ। ਅੱਜ ਅਸੀਂ ਪਾਰਟ 6 ਦੇ ਵਿੱਚ ਕੁਝ ਐਗਰੀਕਲਚਰ ਕੁਐਸਚਨ ਆਂਸਰ ਡਿਸਕਸ ਕਰਾਂਗੇ। ਜੇ ਸਾਡੇ ਚੈਨਲ 'ਤੇ ਤੁਸੀਂ ਪਹਿਲੀ ਵਾਰ ਹੋ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਘੰਟੇ ਵਾਲਾ ਬਟਨ ਜ਼ਰੂਰ ਦੱਬ ਲਿਓ। ਤਾਂ ਦੋਸਤੋ, ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾ ਕੁਐਸਚਨ, ਚੰਗੀ ਖੇਤੀਬਾੜੀ ਅਭਿਆਸਾਂ ਦੇ ਥੰਮ ਕਿਹੜੇ ਹਨ? ਵੀ ਕਿਹੜੀਆਂ ਚੀਜ਼ਾਂ ਜ਼ਰੂਰੀ ਅਭਿਆਸਾਂ ਲਈ, ਜਾਂ GAP ਵੀ ਕਹਿੰਦੇ ਨੂੰ, ਗੁੱਡ ਐਗਰੀਕਲਚਰ ਪ੍ਰੈਕਟਿਸ ਕਿਹੜੇ ਕਿਹੜੇ ਆ ਗਏ? ਤਾਂ ਇਹਦਾ ਰਾਈਟ ਆਂਸਰ ਹੈਗਾ ਦੋਸਤੋ ਆਪਸ਼ਨ ਨੰਬਰ ਏ, ਯਾਨੀ ਕਿ ਆਰਥਿਕ ਵਿਵਹਾਰਕਤਾ, ਵਾਤਾਵਰਨ ਨਿਰੰਤਰਤਾ, ਸਮਾਜਿਕ ਸਵੀਕ੍ਰਿਤੀ, ਭੋਜਨ ਸੁਰੱਖਿਆ ਅਤੇ ਗੁਣਵੱਤਾ। ਇਹ ਚੰਗੀ ਖੇਤੀਬਾੜੀ ਦੇ ਅਭਿਆਸਾਂ ਦੇ ਥੰਮ ਆ ਜਾਂਦੇ ਨੇ। ਅਗਲਾ ਕੁਐਸਚਨ ਆਉਂਦਾ ਦੋਸਤੋ, ਖੁਰਾਕ ਕਾਨੂੰਨ ਕਿਸ ਵਿੱਚ ਸ਼੍ਰੇਣੀਬੱਧ ਕੀਤੇ ਗਏ ਹਨ? ਵੀ ਜਿਹੜੇ ਫੂਡ ਲਾਜ਼ ਹੁੰਦੇ ਆ, ਵੀ ਇਹ ਕਿਹੜੇ ਸਟੈਂਡਰਡ ਦੇ ਅੰਡਰ ਆ ਜਾਂਦੇ ਨੇ? ਤਾਂ ਇਹਦਾ ਰਾਈਟ ਆਂਸਰ ਹੈਗਾ ਦੋਸਤੋ ਆਪਸ਼ਨ ਨੰਬਰ ਏ, ਲਾਜ਼ਮੀ ਮਾਪਦੰਡ ਅਤੇ ਸਵੈ ਇਸਕ ਮਾਪਦੰਡ, ਜਿਹਨੂੰ ਆਪਾਂ ਇੰਗਲਿਸ਼ ਦੇ ਵਿੱਚ ਕਹਿੰਦੇ ਹਾਂ ਮੰਡੇਟਰੀ ਸਟੈਂਡਰਡਸ ਅਤੇ ਵਲੰਟਰੀ ਸਟੈਂਡਰਡਸ। ਇਹਦਾ ਰਾਈਟ ਆਂਸਰ ਹੈਗਾ ਦੋਸਤੋ ਆਪਸ਼ਨ ਨੰਬਰ ਏ। ਅਗਲਾ ਕੁਐਸਚਨ ਆਉਂਦਾ ਦੋਸਤੋ, ਹੇਠ ਲਿਖਿਆਂ ਵਿੱਚੋਂ ਕਿਹੜੇ ਸਵੈ ਇਸਕ ਮਾਪਦੰਡ ਹਨ? ਇਹਦਾ ਰਾਈਟ ਆਂਸਰ ਹੈਗਾ ਦੋਸਤੋ ਆਪਸ਼ਨ ਨੰਬਰ ਡੀ, ਯਾਨੀ ਕਿ ਕੋਡੈਕਸ ਐਲੀਮੈਂਟੇਰੀਅਸ ਸਟੈਂਡਰਡਸ। ਇਹ ਕਿਆ ਕਹਿੰਦੇ, ਇਹ ਜਿਹੜਾ ਕੋਡੈਕਸ ਐਲੀਮੈਂਟੇਰੀਅਸ ਸਟੈਂਡਰਡ ਕਹਿੰਦੇ, ਇਹ ਅੰਤਰਰਾਸ਼ਟਰੀ ਪੱਧਰ 'ਤੇ ਮਾਨਤਾ ਪ੍ਰਾਪਤ ਮਿਆਰਾਂ, ਅਭਿਆਸਾਂ, ਦਿਸ਼ਾ ਨਿਰਦੇਸ਼ਾਂ ਅਤੇ ਭੋਜਨ ਉਤਪਾਦਨ ਅਤੇ ਭੋਜਨ ਦੀ ਸੁਰੱਖਿਆ ਨਾਲ ਸੰਬੰਧਿਤ ਤੌਰ 'ਤੇ ਸਿਫਾਰਸ਼ਾਂ ਦਾ ਇੱਕ ਸੰਗ੍ਰਹਿ ਹੁੰਦਾ ਹੈ, ਕੋਡੈਕਸ ਐਲੀਮੈਂਟੇਰੀ ਸਟੈਂਡਰਡਸ। ਤਾਂ ਇਹਦਾ ਰਾਈਟ ਆਂਸਰ ਹੈਗਾ ਆਪਸ਼ਨ ਨੰਬਰ ਡੀ। ਅਗਲਾ ਕੁਐਸਚਨ ਹੈ ਦੋਸਤੋ, ਹੇਠ ਲਿਖਿਆਂ ਵਿੱਚੋਂ ਕਿਹੜੇ ਲਾਜ਼ਮੀ ਮਾਪਦੰਡ ਹਨ? ਵੀ ਹੇਠਲੇ ਜਿਹੜੇ ਸਟੈਂਡਰਡ ਆ, ਮੰਡੇਟਰੀ ਸਟੈਂਡਰਡ ਜਿਹਨੂੰ ਕਹਿੰਦੇ, ਵੀ ਕਿਹੜੇ ਮੰਡੇਟਰੀ ਸਟੈਂਡਰਡ ਦੇ ਅੰਡਰ ਆ ਜਾਂਦੇ ਹਨ? ਤਾਂ ਆਪਸ਼ਨ ਨੰਬਰ ਡੀ ਹੈਗਾ ਦੋਸਤੋ ਇਹਦਾ ਰਾਈਟ ਆਂਸਰ, ਫੂਡ ਸੇਫਟੀ ਐਂਡ ਸਟੈਂਡਰਡਸ ਐਕਟ 2006, ਇਹ ਮੰਡੇਟਰੀ ਸਟੈਂਡਰਡ ਆ ਜਾਂਦੇ ਹਨ। ਮੰਡੇਟਰੀ ਦਾ ਮਤਲਬ ਇੱਕ ਜ਼ਰੂਰੀ, ਲਾਜ਼ਮੀ। ਅਗਲਾ ਕੁਐਸਚਨ ਆਉਂਦਾ ਦੋਸਤੋ, FSSAI ਦੀ ਸਥਾਪਨਾ ਦੇ ਪਿੱਛੇ ਦਾ ਉਦੇਸ਼ ਕੀ ਸੀ ਜਾਂ ਕੀ ਸਨ? ਪਹਿਲਾਂ ਤੁਹਾਨੂੰ ਦੱਸ ਦਈਏ FSSAI ਕੀ ਹੁੰਦਾ, ਇਹ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ। ਇਹ ਇੱਕ ਸੁਤੰਤਰ ਸੰਸਥਾ ਜੋ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ, ਭਾਰਤ ਸਰਕਾਰ ਦੇ ਅਧੀਨ ਸਥਾਪਨਾ ਕੀਤੀ ਗਈ ਹੈ। FSSAI ਦੀ ਸਥਾਪਨਾ ਫੂਡ ਸੇਫਟੀ ਅਤੇ ਸਟੈਂਡਰਡ ਐਕਟ 2006 ਦੇ ਤਹਿਤ ਕੀਤੀ ਗਈ ਹੈ, ਜੋ ਕਿ ਭਾਰਤ ਵਿੱਚ ਭੋਜਨ ਸੁਰੱਖਿਆ ਅਤੇ ਨਿਯਮਾਂ ਜੁੜੇ ਇੱਕ ਸੰਵਿਧਾਨਕ ਨਿਯਮ ਹੈ। ਹੁਣ ਦੋਸਤੋ, ਇਸ ਕੁਐਸਚਨ ਦਾ ਜਿਹੜਾ ਆਂਸਰ ਆ, ਰਾਈਟ ਆਂਸਰ, ਉਹ ਹੈਗਾ ਆਪਸ਼ਨ ਨੰਬਰ ਡੀ, ਯਾਨੀ ਕਿ ਉਪਰੋਕਤ ਸਾਰੇ, ਵੀ FSSAI ਦੀ ਸਥਾਪਨਾ ਦੇ ਪਿੱਛੇ ਦਾ ਆਦੇਸ਼ ਕੀ ਆ, ਭੋਜਨ ਸੁਰੱਖਿਆ ਅਤੇ ਮਾਪਦੰਡਾਂ ਨਾਲ ਜੁੜੇ ਸਾਰੇ ਮਸਲਿਆਂ ਲਈ ਇੱਕੋ ਹਵਾਲਾ ਬਿੰਦੂ ਸਥਾਪਿਤ ਕਰਨਾ। ਆਪਸ਼ਨ ਬੀ ਵੀ ਆ, ਬਹੁ ਪੱਧਰੀ ਬਹੁ ਵਿਭਾਗੀ ਨਿਯੰਤਰਣ ਤੋਂ ਇੱਕੋ ਇੱਕ ਕਮਾਂਡ ਵਿੱਚ ਜਾਣ ਲਈ ਇੱਕ ਸੁਤੰਤਰ ਵਿਧਾਨਕ ਅਧਿਕਾਰ ਕਾਇਮ ਕਰਨਾ। ਤਾਂ ਇਹਦਾ ਰਾਈਟ ਆਂਸਰ ਹੈਗਾ ਆਪਸ਼ਨ ਨੰਬਰ ਡੀ, ਯਾਨੀ ਕਿ ਉਪਰੋਕਤ ਸਾਰੇ ਹੀ ਹਨ ਜਿਹਦੇ ਕਰਕੇ FSSAI ਦੀ ਸਥਾਪਨਾ ਹੋਈ ਹੈ। ਅਗਲਾ ਕੁਐਸਚਨ ਆਉਂਦਾ ਦੋਸਤੋ, FSSAI 2006 ਦੀ ਸਥਾਪਨਾ ਪਿੱਛੇ ਕੀ ਹੁਕਮ ਹੈ, ਵੀ ਉਹਨਾਂ ਵੱਲੋਂ ਕੀ ਹੁਕਮ ਹੈ ਇਹਦਾ? ਤਾਂ ਇਹਦਾ ਰਾਈਟ ਆਂਸਰ ਹੈਗਾ ਦੋਸਤੋ ਆਪਸ਼ਨ ਨੰਬਰ ਡੀ, ਯਾਨੀ ਕਿ ਉਪਰੋਕਤ ਸਾਰੇ, ਵੀ ਭੋਜਨ ਲੇਖਾਂ ਲਈ ਵਿਗਿਆਨ ਆਧਾਰਿਤ ਮਾਪਦੰਡ ਨਿਰਧਾਰਿਤ ਕਰਨਾ, ਉਹਨਾਂ ਦੇ ਉਤਪਾਦਨ, ਸਟੋਰੇਜ, ਵੰਡ, ਵਿਕਰੀ ਅਤੇ ਆਯਾਤ ਨੂੰ ਨਿਯਮਤ ਕਰਨ ਲਈ ਅਤੇ ਮਨੁੱਖੀ ਖਪਤ ਅਤੇ ਸੁਰੱਖਿਆ ਅਤੇ ਪੌਸ਼ਟਿਕ ਭੋਜਨ ਦੀ ਉਪਲਬਧਤਾ ਨੂੰ ਯਕੀਨੀ ਬਣਾਉਣਾ। ਇਹ ਉਪਰੋਕਤ ਜਿਹੜੇ ਸਾਰੇ ਹੁਕਮਾਂ ਜਿਹਦੇ ਪਿੱਛੇ FSSAI 2006 ਦੀ ਸਥਾਪਨਾ ਦੇ ਹੁਕਮ ਹਨ। ਅਗਲਾ ਕੁਐਸਚਨ ਆਉਂਦਾ ਦੋਸਤੋ, FSSAI ਵਿੱਚ ਫੂਡ ਅਥਾਰਟੀ ਦੀ ਬਣਤਰ ਵਿੱਚ ਮਹਿਲਾ ਉਮੀਦਵਾਰਾਂ ਦੀ ਕਿੰਨੀ ਕੁ ਜ਼ਰੂਰਤ ਹੈ? ਤਾਂ ਇਹਦਾ ਰਾਈਟ ਆਂਸਰ ਹੈਗਾ ਦੋਸਤੋ ਆਪਸ਼ਨ ਨੰਬਰ ਸੀ, ਯਾਨੀ ਕਿ 22 ਮੈਂਬਰਾਂ ਵਿੱਚੋਂ ਇੱਕ ਤਿਹਾਈ ਔਰਤ ਹੋਵੇਗੀ। ਵੀ ਯਾਨੀ ਕਿ ਟੋਟਲ 22 ਮੈਂਬਰਾਂ ਵਿੱਚੋਂ ਜਿਹੜਾ ਇੱਕ ਤਿਹਾਈ ਹਿੱਸਾ ਹੋਊਗਾ ਉਹ ਔਰਤਾਂ ਦਾ ਹੋਵੇਗਾ। ਇਹਦਾ ਰਾਈਟ ਆਂਸਰ ਸੀ ਹੈ। ਅਗਲਾ ਕੁਐਸਚਨ ਹੈ ਦੋਸਤੋ, ਇੱਕ ਵਾਰ ਸਾਰੇ ਦਸਤਾਵੇਜ਼ਾਂ ਅਤੇ ਫੀਸਾਂ ਦਾ ਭੁਗਤਾਨ ਕਰਨ ਤੋਂ ਬਾਅਦ FSSAI ਲਾਇਸੈਂਸ ਪ੍ਰਾਪਤ ਕਰਨ ਵਿੱਚ ਕਿੰਨਾ ਸਮਾਂ ਲੱਗੇਗਾ? ਤਾਂ ਇਹਦਾ ਰਾਈਟ ਆਂਸਰ ਹੈਗਾ ਦੋਸਤੋ ਆਪਸ਼ਨ ਨੰਬਰ ਬੀ, ਯਾਨੀ ਕਿ 60 ਦਿਨਾਂ ਦੇ ਅੰਦਰ। 60 ਦਿਨਾਂ ਦੇ ਵਿੱਚ ਲਾਇਸੈਂਸ ਮਿਲ ਜਾਂਦਾ ਹੈ ਜਦੋਂ ਆਪਾਂ ਸਾਰੇ ਦਸਤਾਵੇਜ਼ ਅਤੇ ਫੀਸਾਂ ਦਾ ਭੁਗਤਾਨ ਕਰ ਦਈਏ। ਅਗਲਾ ਕੁਐਸਚਨ ਆਉਂਦਾ ਦੋਸਤੋ, ਕਿਸ ਫਾਰਮੈਟ ਵਿੱਚ ਲਾਇਸੈਂਸ ਜਾਰੀ ਕੀਤਾ ਜਾਂਦਾ? ਜਿਹੜਾ FSS
ਏ ਆਈ ਦੀ ਜਿਹੜਾ ਲਾਇਸੈਂਸ ਹੁੰਦਾ ਉਹ ਕਿਹੜੇ ਫੋਰਮੈਟ ਵਿੱਚ ਜਾਰੀ ਕੀਤਾ ਜਾਂਦਾ। ਤਾਂ ਇਹਦਾ ਰਾਈਟ ਆਂਸਰ ਹੈਗਾ ਦੋਸਤੋ ਆਪਸ਼ਨ ਨੰਬਰ ਸੀ, ਯਾਨੀ ਕਿ ਫੋਰਮੈਟ ਸੀ ਦੇ ਵਿੱਚ। ਫੋਰਮੈਟ ਸੀ ਕੀ ਆ? ਅੰਡਰ ਸ਼ਡਿਊਲ ਸੈਕਿੰਡ ਆਫ ਦੀਜ਼ ਰੈਗੂਲੇਸ਼ਨ, ਬੀਦਿੰਗ ਰੈਗੂਲੇਸ਼ਨ ਦੇ ਜਿਹੜਾ ਸ਼ਡਿਊਲ ਸੈਕਿੰਡ ਦੇ ਅੰਡਰ ਆ ਜਾਂਦਾ ਹੈ। ਅਗਲਾ ਕੁਐਸਚਨ ਆਉਂਦਾ ਦੋਸਤੋ, ਐਫ ਐਸ ਐਸ ਏ ਆਈ ਵਿੱਚ ਕਿੰਨੇ ਰੈਫਰਲ ਫੂਡ ਲੈਬੋਰਟਰੀਜ਼ ਹਨ? ਤਾਂ ਇਹਦਾ ਰਾਈਟ ਆਂਸਰ ਹੈਗਾ ਦੋਸਤੋ ਆਪਸ਼ਨ ਨੰਬਰ ਏ, ਯਾਨੀ ਕਿ 4। ਇਹ ਜਿਹੜੀਆਂ ਰੈਫਰਲ ਫੂਡ ਲੈਬੋਰਟਰੀਜ਼ ਆ, ਇਹਨਾਂ ਨੂੰ ਪਹਿਲਾਂ ਸੈਂਟਰਲ ਫੂਡ ਲੈਬੋਰਟਰੀਜ਼ ਵੀ ਕਿਹਾ ਜਾਂਦਾ ਸੀ, ਤਾਂ ਹੁਣ ਇਹਨਾਂ ਨੂੰ ਰੈਫਰਲ ਫੂਡ ਲੈਬੋਰਟਰੀਜ਼ ਕਿਹਾ ਜਾਂਦਾ ਹੈ। ਤਾਂ ਇਹਦਾ ਰਾਈਟ ਆਂਸਰ ਹੈਗਾ ਦੋਸਤੋ ਆਪਸ਼ਨ ਨੰਬਰ 4। ਤਾਂ ਦੋਸਤੋ ਅੱਜ ਲਈ ਇੰਨਾ ਹੀ। ਜੇ ਤੁਹਾਨੂੰ ਵੀਡੀਓ ਚੰਗੀ ਲੱਗੀ, ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ, ਅਤੇ ਜੇ ਤੁਸੀਂ ਸਾਡੇ ਚੈਨਲ 'ਤੇ ਪਹਿਲੇ ਉਹਨਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਘੰਟੇ ਵਾਲੇ ਬਟਨ ਜ਼ਰੂਰ ਦੱਬ ਲਿਓ, ਤਾਂ ਕਿ ਤੁਹਾਨੂੰ ਜਦੋਂ ਵੀ ਅਸੀਂ ਕਿਸੇ ਪੋਸਟ ਦੀ ਜਾਣਕਾਰੀ ਦਈਏ ਜਾਂ ਸਟੱਡੀ ਦੇ ਕੋਈ ਵੀ ਰਿਲੇਟਡ ਵੀਡੀਓ ਪਾਈਏ ਕਿਸੇ ਵੀ ਇਗਜ਼ਾਮ ਦੇ ਰਿਲੇਟਡ, ਤਾਂ ਤੁਹਾਨੂੰ ਨੋਟੀਫਿਕੇਸ਼ਨ ਮਿਲਦਾ ਰਹੇ। ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਜੈ ਹਿੰਦ।